ਪਾਤਾ ਜਿੰਨੇ ਆਪਣੇ ਫੈਨ ਇਹਨੂੰ ਸਾਲੇ ਨੂੰ ਗਾਲਾਂ ਕੱਢੋ ਇਹਨੂੰ ਸਾਲੇ ਨੂੰ ਪਤਾ ਲੱਗੇ ਵੀ ਇਹ ਬੋਲਦਾ ਕਿਵੇਂ ਤਰੱਕੀ ਕਿਵੇਂ ਕਰ ਗਿਆ ਇਹ ਫਲਾਨਾ ਕਰ ਗਿਆ ਉਹ ਵਿਚਾਰੇ ਸ਼ਰੀਫ ਬੰਦੇ ਸੀ ਯਾਰ ਚਲੋ ਉਹ ਛੱਡ ਗਏ ਯਾਰ ਉਸ ਚੀਜ਼ ਨੂੰ ਹੈ ਨਾ ਵੀ ਕੋਈ ਗੱਲ ਨਹੀਂ ਹਾਂ ਵੀ ਕੀ ਦਿੱਕਤ ਹੈ ਫਿਰ ਇਹਨਾਂ ਨੇ ਕਿਆ ਕਰਿਆ ਫਿਰ ਇੱਕ ਦੋ ਬੰਦੇ ਨਾਲ ਹੋਰ ਇਹਨਾਂ ਨਾਲ ਐਂ ਕੀਤਾ ਫਿਰ ਗਾਣਾ ਕੱਢ ਦੇਣਾ ਵੀ ਫਲਾਨਾ ਸਾਡੇ ਤਾਂ ਏ ਇਸ ਤਾਂ ਆ ਧਮਕਾਂ ਜੇ ਆ ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰਾ ਭਰਾ ਹੁਣ ਤੱਕ ਤੁਸੀਂ ਜਿੰਨੇ ਨਾਲ ਜੋ ਕੀਤਾ ਫੋਨ ਫਾਨ ਮੈਸੇਜ ਮੁਸੇਜ ਇਹੀ ਕੱਲ੍ਹ ਇਹੀ ਕੁਛ ਇਹ ਕੱਲ੍ਹ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਨਕੁਆਇਰੀ ਨੰਬਰ 'ਤੇ ਫੋਨ ਕਰਤਾ ਅਸੀਂ ਐਂ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਈਮੇਲਾਂ ਕਰਤੀਆਂ ਅਸੀਂ ਇਹ ਕਰ ਦਿਆਂਗੇ ਫਲਾਨਾ ਧਮਕਾ ਕਰਦਾ ਮੇਰੀ ਗੱਲ ਸੁਣੋ ਏ ਠੀਕ ਹੈ ਨਾ ਪਹਿਲੀ ਗੱਲ ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਦੇ ਕਿਸੇ ਨੂੰ ਮਾੜਾ ਚੰਗਾ ਅਜੇ ਤੱਕ ਬੋਲਿਆ ਨਾ ਮੈਂ ਬੋਲਾਂ ਅਤੇ ਮੈਂ ਜਿੱਦਣ ਬੋਲਦਾ ਮੈਂ ਠਿੱਕ ਠੋਕ ਕੇ ਕਹਿੰਦਾ ਵੀ ਤੈਨੂੰ ਕਿਹਾ ਠੀਕ ਹੈ ਨਾ ਵੀ ਆਹ ਜਿਹੜੀਆਂ ਲੀਰਾਂ ਵਾਲੀਆਂ ਗੱਲਾਂ ਕਰਦੀਆਂ ਨਾ ਵਿੱਚਾਂ ਲੀਰਾਂ ਨੂੰ ਕਹਿਣਾ ਵਿੱਚ ਹੀ ਤੁਹਾਡੇ ਉਸਤਾਦ ਨੂੰ ਕਹਿਣਾ ਠੀਕ ਹੈ ਨਾ ਵੀ ਆਪਦਾ ਬੰਦੇ ਵਾਂਗੂ ਆਪਦਾ ਖੂੰਜੇ ਲੱਗ ਕੇ ਆਪਦਾ ਕੰਮ ਕਰੀ ਚੱਲੋ ਠੀਕ ਹੈ ਨਾ ਨਾ ਮੈਂ ਲੈਣੇ ਦੇਣੇ 'ਚ ਕਿਸੇ ਨਾਲ ਤੁਹਾਡੇ 'ਚ ਹੈਗਾ ਨਾ ਹੈਗਾ ਪਰ ਜੇ ਮੈਨੂੰ ਵਿੱਚ ਘੜੀਸੂੰਗੇ ਨਾ ਮੈਂ ਇਹੋ ਜਿਹਾ ਘੋਟਾ ਚੜ੍ਹਾਊਂਗਾ ਸਾਰੀ ਜ਼ਿੰਦਗੀ ਯਾਦ ਰੱਖੂੰਗੇ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਹੀ ਦਵਾਈਆਂ ਨੇ ਕੁੜੀਆਂ ਦੇ ਪੇਜਾਂ 'ਤੇ ਜਾ ਕਮੈਂਟ ਗਾਲਾਂ ਕੱਢ ਕੇ ਆਹ ਲੀਰਾਂ ਫਕੀਰਾਂ ਵਾਲੇ ਕੰਮ ਨਾ ਜ਼ਿੰਦਗੀ ਦੇ ਵਿੱਚ ਇਹ ਬੰਦਿਆਂ ਵਾਲੇ ਨਾ ਮਰਦਾਂ ਵਾਲੇ ਕੰਮਾਂ 'ਚ ਇਹ ਆਉਂਦੇ ਨੇ ਨਾ ਹੀ ਇਹ ਆ ਹੁਣ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਡਰਾਈਆਂ ਨੇ ਤੁਹਾਡਾ ਕਿਸੇ ਸਿਰੇ ਵਾਲੇ ਨਾਲ ਵਾਹ ਨਹੀਂ ਪਿਆ ਠੀਕ ਹੈ ਨਾ ਕੀ ਇਨਕੁਆਇਰੀ ਨੰਬਰ ਵਾਲੇ 'ਤੇ ਫੋਨ ਕਰਕੇ ਸਿਸਟਮ ਕਰਕੇ ਵੀ ਹਾਂ ਅਸੀਂ ਐਂ ਕਰ ਦਿਆਂਗੇ ਕਿਆ ਕਰ ਦਿਓਗੇ ਤੁਸੀਂ ਲੋਕੇ ਥੋੜ੍ਹੀ ਰਹਿੰਦੇ ਹਾਂ ਕਿਸੇ ਪਾਸੇ ਠੀਕ ਹੈ ਨਾ ਆਪਦੇ ਪਿੰਡ ਰਹਿੰਦੇ ਹਾਂ ਠੋਕ ਕੇ ਸਾਰੇ ਸਾਰੀ ਦੁਨੀਆਂ ਨੂੰ ਪਤਾ ਕਿੱਥੇ ਰਹਿੰਦੇ ਹਾਂ ਇੱਥੇ ਬੋਲ ਕੇ ਚੰਡੀਗੜ੍ਹ ਲੋਕੇ ਥੋੜ੍ਹੀ ਬੈਠਦਾ ਮੈਂ ਠੀਕ ਹੈ ਨਾ ਜੇ ਕਿਸੇ ਨਾਲ ਬਣਦੀ ਵੀ ਨਹੀਂ ਤਾਂ ਨਾਮ ਲੈ ਕੇ ਕਹਿਣਾ ਵੀ ਹਾਂ ਉਹ ਤੈਨੂੰ ਕਿਹਾ ਠੀਕ ਹੈ ਨਾ ਜੇ ਤਾਂ ਹਿੰਮਤ ਹੈਗੀ ਪੰਗੇ ਲੈਣ ਦੀ ਤਾਂ ਸੱਦਣ ਮੱਥੇ ਹੋ ਕੇ ਲਿਆ ਕਰੋ ਪੰਗੇ ਠੀਕ ਹੈ ਨਾ ਆਹ ਫੋਨਾਂ ਫਾਨਾਂ ਵਾਲਾ ਸਿਸਟਮ ਨਾ ਮੈਂ ਅੱਜ ਤੱਕ ਕਿਸੇ ਨਾਲ ਇਹੋ ਜਿਹੇ ਲੋਅ ਗ੍ਰੇਡ ਵਾਲੇ ਕੰਮ ਕਦੇ ਕੀਤੇ ਨੇ ਗਾਲ ਮੈਂ ਤਾਂ ਨਹੀਂ ਕੱਢ ਰਿਹਾ ਕਿਉਂਕਿ ਮੈਂ ਆਪਦੇ ਆਪ 'ਚ ਸੁਧਾਰ ਕੀਤਾ ਵੀ ਚੱਲ ਮੈਂ ਕਿਸੇ ਨੂੰ ਬੁਰਾ ਚੰਗਾ ਨਹੀਂ ਭੁੱਲਣਾ ਠੀਕ ਹੈ ਨਾ ਹੁਣ ਤੱਕ ਤੁਸੀਂ ਬੁੜੀਆਂ ਦਵਾਈਆਂ ਨੇ ਠੀਕ ਹੈ ਸ਼ਰੀਫ ਲੋਕ ਦਵਾਏ ਨੇ ਜਿੰਨਾ ਮੈਨੂੰ ਛੇੜੋਗੇ ਮੈਂ ਤਾਂ ਇਹੋ ਜਿਹਾ ਲਵਾਂ ਜਿੰਨਾ ਛੇੜੋਗੇ ਮੈਂ ਤੁਹਾਡੀ ਓਨੀ ਵੱਧ ਬੱਦਰੀ ਬਣਾਊਂਗਾ ਠੀਕ ਹੈ ਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਕਈ ਚੀਜ਼ਾਂ ਮੈਂ ਆਪਣੀ ਜ਼ਿੰਦਗੀ 'ਚ ਸੁਧਾਰ ਕੀਤੀ ਵੀ ਚੱਲ ਆਪਾਂ ਕਿਸੇ ਨੂੰ ਰਿਪਲਾਈ ਨਹੀਂ ਕਰਨਾ ਆਪਾਂ ਕਿਸੇ ਨਾਲ ਲੜਨਾ ਨਹੀਂ ਵਾਹਿਗੁਰੂ ਨੇ ਟੈਲੈਂਟ ਦਿੱਤਾ ਠੀਕ ਹੈ ਨਾ ਆਪਾਂ ਨੂੰ ਕੋਈ ਚੰਗੀ ਚੀਜ਼ ਦਿੱਤੀ ਹੈ ਤਾਂ ਉਹਦਾ ਆਪਾਂ ਚੰਗੀ ਚੀਜ਼ ਲਈ ਇਸਤੇਮਾਲ ਕਰੀਏ ਕਿਸੇ ਦੀ ਬੇਇੱਜ਼ਤੀ ਕਰਨ ਲੱਗ ਗਏ ਠੀਕ ਹੈ ਚੱਲ ਅਸੀਂ ਨਿਆਣਪੁਣੇ ਸਾਰੇ ਗਲਤੀਆਂ ਕਰਦੇ ਨੇ ਅਸੀਂ ਵੀ ਕੀਤੀਆਂ ਮੈਂ ਵੀ ਸਿੱਖਿਆ ਉਹ ਚੀਜ਼ਾਂ ਤੋਂ ਪਰ ਉਸ ਚੀਜ਼ ਦਾ ਤੁਸੀਂ ਕਿਸੇ ਦਾ ਗਲਤ ਫਾਇਦਾ ਨਾ ਚੱਕ ਠੀਕ ਹੈ ਨਾ ਨਹੀਂ ਫਿਰ ਬੁੱਢੀ ਉਮਰ ਦਾੜੀ 'ਚ ਫੁੱਲ ਪਾਉਣ ਲੱਗੇ ਮਿੰਟ ਹੀ ਲੱਗਦੇ ਹੁੰਦੇ ਨੇ ਠੀਕ ਹੈ ਨਾ ਅਤੇ ਅਸੀਂ ਘੋਲ ਵੀ ਨਹੀਂ ਕਰਨੀ ਠੀਕ ਹੈ ਨਾ ਮੇਰੇ ਸੁਭਾਅ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਬੰਦਾ ਟਾਈਮ ਪਾਸ ਕਰ ਰਿਹਾ ਟੇਕ ਕੇ ਉਹਨੂੰ ਕਰ ਲੈਣਾ ਦਿਓ ਠੀਕ ਹੈ ਨਾ ਹੁਣ ਤੱਕ ਤੁਸੀਂ ਆਹ ਜਿਹੜਾ ਤੁਸੀਂ ਫੋਨ ਆ ਦੋ ਤਿੰਨ ਲੀਰਾਂ ਨੂੰ ਚਿੰਟੂ ਕੈਂਡੀਆਂ ਨੂੰ ਤੇਰੇ ਨੂੰ ਭੁਲੇਖਾ ਹੋਊਗਾ ਵੀ ਕਮੈਂਟਾਂ ਕਰਕੇ ਸਿੱਧੂ ਪੋਸਟ ਡਿਲੀਟ ਕਰਦਾ ਸਿੱਧੂ ਨੇ ਨਾ ਅੱਜ ਕੀਤੀ ਹੈ ਨਾ ਕੱਲ੍ਹ ਕੀਤੀ ਹੈ ਠੀਕ ਹੈ ਨਾ ਪੋਸਟਾਂ ਕੱਲ੍ਹ ਤੁਸੀਂ ਮੈਨੂੰ ਕਹੋਗੇ ਪਿੰਡ ਛੱਡ ਕੇ ਭੱਜ ਆ ਐਂ ਕੋਈ ਨਹੀਂ ਤੁਹਾਨੂੰ ਮੈਂ ਐਂ ਕਹਿਣਾ ਵੀ ਟਿਕ ਜਾਓ ਬੰਦਿਆਂ ਵਾਂਗੂ ਕੰਮ ਇਹ ਉਹ ਵਿਚਾਰੇ ਬੁੜੀਆਂ ਹੀ ਸੀਗੀਆਂ ਠੀਕ ਹੈ ਉਹ ਕੁੜੀ ਸੀਗੀ ਸ਼ਰੀਫ ਸੀ ਵਿਚਾਰੀ ਠੀਕ ਹੈ ਨਾ ਉਹ ਬੰਦਾ ਸ਼ਰੀਫ ਸੀ ਜਿਹੜਾ ਚੁੱਪ ਕਰ ਗਿਆ ਮੈਂ ਥੋੜ੍ਹੀ ਬੁੰਬਲੀ ਬਣਾ ਦੂੰ ਠੀਕ ਹੈ ਨਾ ਆਪਦਾ ਕੰਮ ਤੱਕ ਮਤਲਬ ਰੱਖੋ ਜੇ ਕੋਈ ਤੁਹਾਨੂੰ ਭਰਮ ਭੁਲੇਖਾ ਹੈਗਾ ਪਿੰਡ ਹੀ ਰਹਿਣਾ ਜਿਹਨੂੰ ਫੋਨ ਜਿਹੜੇ ਫੋਨ ਕਰ ਸਕਦੇ ਨੇ ਊਂ ਵੀ ਮਿਲ ਸਕਦੇ ਨੇ ਜਦੋਂ ਮਰਜ਼ੀ ਆ ਜਾਇਓ ਗਿਫਟ ਖੁੱਲ੍ਹਾ ਦੇ ਕੇ ਤੋਰੂੰ ਠੀਕ ਹੈ ਨਾ ਆ ਭਰਮ ਭੁਲੇਖੇ ਦੇ ਵਿੱਚ ਵੀ ਜਾਂ ਤੁਸੀਂ ਕਿਤੇ ਕੋਈ ਕਿਸੇ ਨੂੰ ਉਹ ਕਰਦੇ ਹੋ ਜੂੰਡੇ ਜੇ ਖਿਲਰਨ ਦੇ ਵਿੱਚ ਮਿੰਟ ਨਹੀਂ ਲਾਉਣਾ ਠੀਕ ਹੈ ਨਾ ਉਹਦਾ ਬੰਦਿਆਂ ਵਾਂਗੂ ਕੰਮ ਕਰੋ ਠੀਕ ਹੈ ਨਾ ਆ ਉਸਤਾਦੀ ਉਸਤੂਦੀ ਵਾਲੇ ਨਾਂ ਅਸੀਂ ਹੈਗੇ ਹਾਂ ਅਤੇ ਨਾ ਸਾਨੂੰ ਕਿਸੇ ਦੀ ਕੋਈ ਸਾਲੇ ਦੀ ਝੇਪ ਆ ਜਿੱਦਣ ਫੁੱਲ ਪਾਉਣੇ ਹੋਏ ਤੈਨੂੰ ਵੀ ਪਾ ਦਿਆਂਗੇ ਵਿੱਚ ਹੀ ਠੀਕ ਹੈ ਨਾ ਆਪਦਾ ਕੰਮ ਕਰੋ ਤੁਸੀਂ ਕਿਆ ਕਿਸ ਤੋਂ ਲੈਣਾ ਯਾਰ ਸਾਰੇ ਆਪੋ ਆਪਣੀ ਕਿਸਮਤ ਲੈ ਕੇ ਆਏ ਨੇ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਠੀਕ ਹੈ ਨਾ ਉਹੀ ਕਿਸੇ ਦੇ ਜੈਲਸ ਕਰੀ ਜਾਣੀ ਸਾਰੀ ਜ਼ਿੰਦਗੀ ਦਾ ਤੁਸੀਂ ਠੇਕਾ ਥੋੜ੍ਹੀ ਲਿਆ ਹੋਇਆ ਵੀ ਤੁਸੀਂ ਵੀ ਰਹਿਣਾ ਤੁਸੀਂ ਆਪਦਾ ਕੰਮ ਕਰੀ ਚੱਲੋ ਯਾਰ ਅਸੀਂ ਆਪਦਾ ਕੰਮ ਕਰੀ ਜਾਂਦੇ ਅਸੀਂ ਜੀ ਐਂ ਕਰਕੇ ਕਮੈਂਟ ਕਰਕੇ ਡਿਲੀਟ ਕਰਾਤੀ ਹੋਰ ਨਾ ਕੁਛ ਡਿਲੀਟ ਕਰਾਤੀ ਠੀਕ ਹੈ ਨਾ ਆਪਦਾ ਕੰਮ ਤੱਕ ਮਤਲਬ ਰੱਖੋ ਕੁੱਤਾ ਜੇ ਰੇਹੜੀ ਦੇ ਥੱਲੇ ਕਈ ਵਾਰੀ ਹੁੰਦਾ ਨਾ ਅਸੀਂ ਖੇਤ ਜਾਂਦਾ ਬੰਦਾ ਕੋਈ ਰੇਹੜੀ ਨਾਲ ਕੁੱਤੇ ਨੂੰ ਬੰਨ ਲੈਂਦੇ ਨੇ ਕੁੱਤਾ ਮਗਰ ਤੁਰਿਆ ਜਾਂਦਾ ਕਦੇ ਮੂਹਰੇ ਭੱਜ ਲੈਂਦਾ ਰੇਹੜੀ ਦੇ ਅਤੇ ਕੁੱਤੇ ਨੂੰ
ਇਹ ਭੁਲੇਖਾ ਆਉਣ ਲੱਗ ਜਾਂਦਾ ਵੀ ਪਤਾ ਨਹੀਂ ਰੇੜੀ ਮਈ ਖਿੱਚੀ ਤੁਰਿਆ ਫਿਰਦਾ। ਆਪ ਭਰਮ ਭੁਲੇਖੇ 'ਚ ਬਿਲਕੁਲ ਨਾ ਰਹਿਓ, ਠੀਕ ਹੈ ਨਾ। ਗੱਡੀ ਖਿੱਚੀ ਰੱਖ ਮੀਟਰ ਬਾਈ, ਖਿੱਚੀ ਆ ਬਾਈ ਯਾਰ। ਪਤਾ ਕੀ ਗੱਲ ਹੈ, ਬੰਦਾ ਤਾਂ ਊਂ ਚੁੱਪ ਹੁੰਦਾ ਵੀ ਯਾਰ ਆਪਾਂ ਸ਼ਰੀਫੀ ਵਾਲੀ ਜ਼ਿੰਦਗੀ ਜਿਉਣੀ ਆ, ਆਪਾਂ ਕਿਸੇ ਤੋਂ ਕੀ ਲਾਉਣਾ ਹੈ, ਕੀ ਕਿਸ ਨਾਲ ਮਾੜਾ ਚੰਗਾ ਕਿਸ ਨੂੰ। ਪਹਿਲੀ ਗੱਲ ਮੇਰਾ ਤਾਂ ਇਹ ਅਸੂਲ ਹੈ ਵੀ ਯਾਰ ਜੋ ਵੀ ਕੋਈ ਆਪ ਤੋਂ ਵੱਡਾ ਤੁਹਾਡੇ ਦਾ ਤੁਹਾਡਾ ਉਹਦੀ ਸਾਰੇ ਇੱਜ਼ਤ ਕਰੋ ਯਾਰ, ਠੀਕ ਹੈ। ਗੱਲ